ਬਿਲਕੁਲ, ਬਠਿੰਡਾ ਦੇ ਵਿੱਚ ਵੀ ਓਪਰੇਸ਼ਨ ਕਾਸੋ ਦੇ ਤਹਿਤ ਚੈਕਿੰਗ ਜਿਹੜੀ ਅਲੱਗ ਅਲੱਗ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇੱਕ ਵਾਰ ਤਸਵੀਰਾਂ ਦੇਖ ਲਓ ਕਿ ਹਰ ਆਉਣ ਜਾਣ ਵਾਲੇ ਜਿਹੜੇ ਵਹੀਕਲ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਘਰਾਂ ਦੇ ਵਿੱਚ ਸਰਚ ਕੀਤੀ ਜਾ ਰਹੀ ਹੈ, ਔਰ ਖੁਦ DSP ਰੈਂਕ ਦੇ ਜਿਹੜੇ ਆਫਿਸਰ ਨੇ ਅਲੱਗ ਅਲੱਗ ਜਗ੍ਹਾਵਾਂ 'ਤੇ ਤੈਨਾਤ ਕੀਤੇ ਗਏ ਨੇ, ਕਿਉਂਕਿ ਸੁਬਾ ਖੁਦ SSP ਬਠਿੰਡਾ ਨੇ ਵੀ ਆ ਕੇ ਜਾਇਜ਼ਾ ਲਿਆ ਸੀਗਾ। ਔਰ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਨਸ਼ੇ ਨੂੰ ਲੈ ਕੇ ਜਿੰਨੇ ਵੀ ਬਦਨਾਮ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਪੁਲਿਸ ਕਿਤੇ ਨਾ ਕਿਤੇ ਦਬਿਸ਼ ਦੇ ਰਹੀ ਆ, ਔਰ ਪੁਲਿਸ ਦਾ ਮੋਟਿਵ ਸਾਫ਼ ਹੈ ਕਿ ਡਰੱਗਜ਼ ਫਰੀ ਪੰਜਾਬ ਨੂੰ ਕਰਨਾ, ਤਾਂ ਕਰਕੇ ਚੈਕਿੰਗ ਹੈ ਜਿਹੜੀ ਉਹ ਅਲੱਗ ਅਲੱਗ ਜਗ੍ਹਾਵਾਂ 'ਤੇ ਕੀਤੀ ਜਾ ਰਹੀ ਹੈ, ਔਰ ਹਰ ਆਉਣ ਜਾਣ ਵਾਲੇ ਦੀ ਤਲਾਸ਼ੀ ਤੋਂ ਲੈ ਕੇ ਘਰਾਂ ਦੇ ਵਿੱਚ ਦਬਿਸ਼ ਦਿੱਤੀ ਗਈ ਹੈ, ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ। DSP ਗੁਰਪ੍ਰੀਤ ਮੇਰੇ ਨਾਲ ਨੇ ਆਪਾਂ ਗੱਲਬਾਤ ਕਰਦੇ, ਡਿਪਟ ਸਾਹਿਬ ਕਿਸ ਤਰ੍ਹਾਂ ਦੀ ਚੈਕਿੰਗ ਅੱਜ ਪੂਰੇ ਪੰਜਾਬ 'ਚ ਕੀਤੀ ਹੈ, ਬਠਿੰਡਾ 'ਚ ਕਿੰਨੀ ਜਗ੍ਹਾਵਾਂ ਚੈਕਿੰਗ ਹੈ ਜੀ? ਮਾਨਯੋਗ SSP ਸਾਹਿਬ, ਡਿਸਟ੍ਰਿਕਟ ਬਠਿੰਡਾ ਦਾ ਹਰਮਨਵੀਰ ਸਿੰਘ ਗਿੱਲ ਅਤੇ ਸਾਡੇ SPCT ਸਰ ਨਰਿੰਦਰ ਸਿੰਘ, ਜੋ ਅੱਜ ਅਸੀਂ ਧੋਬੀਆਣਾ ਬਸਤੀ ਇੱਕ ਕਾਸੋ ਓਪਰੇਸ਼ਨਸ ਪਲੈਨ ਕੀਤਾ ਅੱਜ, ਤੋ ਜਿਸ ਦੇ ਤਹਿਤ ਸਾਡੇ ਕੋਲ 5 ਟੀਮਾਂ, 5 ਆਫਿਸਰਸ ਜਿਹੜੇ SHO ਸਿਵਲੈਂਡ, SHO ਕੈਂਟ, SHO ਥਰਮਲ, CA2, ਈਵਨ ਸਪੈਸ਼ਲ ਬ੍ਰਾਂਚ ਦੇ ਕਰਮਚਾਰੀ ਅਤੇ ਕੁਛ ਸਾਡੇ ਜਿਹੜੇ ਹੈਗੇ ਨੇ ਕਮਾਂਡੋ ਪੁਲਿਸ ਦੇ ਜਿਹੜੀ ਫੋਰਸ ਹੈ ਉਹ, ਜੋ ਅੱਜ ਅਸੀਂ ਧੋਬੀਆਣੇ ਦੇ ਕੁਛ ਸਾਡੇ ਕੋਲ ਆਲਰੇਡੀ ਕੁਛ ਬੰਦਿਆਂ ਦੀ ਲਿਸਟ ਵੀ ਸਾਡੇ ਕੋਲ ਪ੍ਰਿਪੇਅਰ ਹੈ, ਉਹ ਲਿਸਟ ਦੇ ਮੁਤਾਬਕ ਅਸੀਂ ਜਿਹੜੇ ਬਦਨਾਮ ਸਮਗਲਰ ਨੇ ਜਾਂ ਜਿਨ੍ਹਾਂ ਦੇ ਅਗੇਂਸਟ ਕਾਫੀ FIRs ਲੌਜ਼ ਹੋਈਆਂ ਨੇ ਉਹਨਾਂ ਨੂੰ ਵੀ ਅਸੀਂ ਸਰਚ ਆਊਟ ਕਰ ਰਹੇ ਹਾਂ, ਉਹਨਾਂ ਦੇ ਘਰ ਸਰਚ ਕਰ ਰਹੇ ਹਾਂ, ਉਹਨਾਂ ਦੇ ਵਹੀਕਲਸ ਦੇਖ ਰਹੇ ਹਾਂ ਕਿੱਥੋਂ ਲੈ ਕੇ ਆਏ ਨੇ ਇਹ, ਅਤੇ ਥੋਰੋਲੀ ਪ੍ਰੋਪਰ ਉਹਨਾਂ ਦੇ ਘਰ ਦੀ ਸਰਚ ਹੋ ਰਹੀ ਹੈ। ਅਜੇ ਫਿਲਹਾਲ ਸਾਡੀ ਚੱਲ ਰਹੀ ਹੈ ਸਰਚ ਓਪਰੇਸ਼ਨ ਚੱਲ ਰਿਹਾ, ਉਹ ਬਾਅਦ ਦੇ ਵਿੱਚ ਤੁਹਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਜਾਊਗੀ। ਜੋ ਕੋਈ ਸ਼ੱਕੀ ਵਿਅਕਤੀ ਸਾਨੂੰ ਮਿਲਦਾ ਤਾਂ ਅਸੀਂ ਉਹਨੂੰ ਬਕਾਇਦਾ ਦੀ ਪੁੱਛਗਿੱਛ ਕਰਦੇ ਹਾਂ, ਹਰਾਸਤ ਤਾਂ ਅਸੀਂ ਉਦੋਂ ਲਵਾਂਗੇ ਜਦੋਂ ਅਸੀਂ ਉਹਨਾਂ ਦੇ ਖਿਲਾਫ਼ ਕੇਸ ਰਜਿਸਟਰਡ ਕਰਾਂਗੇ। ਜੋ ਮਾਨਯੋਗ SSP ਸਾਹਿਬ ਹੁਣੇ ਇੱਥੇ ਐਡਰੈਸ ਕਰਕੇ ਗਏ ਨੇ, ਉਹਨਾਂ ਨੇ ਜੋ ਦੱਸਿਆ ਸੀ ਵੀ ਇੱਕ ਤਾਂ ਸਾਡਾ ਧੋਬੀਆਣਾ ਇੱਕ ਡੱਬ ਵਾਲੀ ਜਿਹੜੀ ਹੈਗੀ ਹੈ ਬਸਤੀ, ਡੱਬ ਵਾਲੀ ਦੇ ਨਾਲ ਹੀ ਨਰਸਿੰਘ ਬਸਤੀ ਹੈ, ਉਸ ਬਸਤੀ ਦੀ ਵੀ ਸਰਚ ਚੱਲ ਰਹੀ ਹੈ। ਬਿਲਕੁਲ, DSP ਨੇ ਗੁਰਪ੍ਰੀਤ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਦੀ ਚੈਕਿੰਗ ਹੈ ਜਿਹੜੀ ਉਹ ਇਹਨਾਂ ਇਲਾਕਿਆਂ ਵਿੱਚ ਕੀਤੀ ਜਾ ਰਹੀ ਹੈ, ਦੱਸ ਰਹੇ ਸੀ ਕਿ ਅੱਜ ਬਠਿੰਡਾ ਦੇ ਵਿੱਚ ਵੀ ਅਲੱਗ ਅਲੱਗ ਜਗ੍ਹਾਵਾਂ 'ਤੇ ਚੈਕਿੰਗ ਹੈ, ਉਹ ਲਗਾਤਾਰ ਪੁਲਿਸ ਇਸੇ ਤਰੀਕੇ ਦੇ ਨਾਲ ਕਰ ਰਹੀ ਹੈ ਤਾਂ ਜੋ ਨਸ਼ੇ ਨੂੰ ਲੈ ਕੇ ਜਿਹੜੇ ਬਦਨਾਮ ਇਲਾਕੇ ਨੇ ਉਹਨਾਂ 'ਚ ਪੁੱਛਗਿੱਛ ਕੀਤੀ ਜਾ ਸਕੇ, ਵਹੀਕਲ ਹੈ ਜਿਹੜੇ ਉਹਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਆਈਡੈਂਟੀ ਉਹਨਾਂ ਦੀ ਦੇਖੀ ਜਾ ਰਹੀ ਹੈ, ਖਾਸ ਤੌਰ 'ਤੇ 2-wheeler ਹੋ ਗਏ, ਹਰੇਕ ਜਿਹੜੇ ਵਹੀਕਲ ਨੇ ਗੱਡੀਆਂ ਨੇ ਉਹਨਾਂ ਗੱਡੀਆਂ ਨੂੰ ਕਿਤੇ ਨਾ ਕਿਤੇ ਰੋਕ ਕੇ ਚੈੱਕ ਕੀਤਾ, ਜਿਹੜਾ ਡਿਟੇਲ ਦੇ ਨਾਲ ਬਰੀਕੀ ਦੇ ਨਾਲ ਦੇਖੋ ਹੁਣ ਇਹ ਗੱਡੀ ਆ ਕੇ ਖੜੀ ਹੈ, ਇਹਦੀ ਚੈਕਿੰਗ ਹੈ, ਉਹ ਵੀ ਖੁਦ DSP ਨੇ ਜਿਹੜੇ ਪੁੱਛ ਰਹੇ ਨੇ, ਖੁਦ ਪੁੱਛਗਿੱਛ ਕੀਤੀ ਜਾ ਰਹੀ ਹੈ, ਹਰ ਤਰ੍ਹਾਂ ਦੇ ਜਿਹੜੇ ਵਹੀਕਲ ਨੇ ਉਹਨਾਂ ਵਹੀਕਲਾਂ ਨੂੰ ਕਿਤੇ ਨਾ ਕਿਤੇ ਜਾ ਕੇ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ, ਔਰ ਉਹਨਾਂ ਨਸ਼ੇ ਨੂੰ ਲੈ ਕੇ ਬਦਨਾਮ ਜਿਹੜੇ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਪੁਲਿਸ ਨੇ ਦਬਿਸ਼ ਦਿੱਤੀ ਹੈ, ਸੁਬਾਹ ਤੋਂ ਲੈ ਕੇ ਓਪਰੇਸ਼ਨ ਸ਼ੁਰੂ ਹੋਇਆ ਹੈਗਾ, ਔਰ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਚੈਕਿੰਗ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ, ਚਾਹੇ ਉਹ ਸ਼ੱਕੀ ਵਹੀਕਲਾਂ ਦੀ ਹੋਵੇ ਚਾਹੇ ਉਹ ਘਰਾਂ ਦੇ ਵਿੱਚ ਦਬਿਸ਼ ਪੁਲਿਸ ਨੇ ਦਿੱਤੀ ਹੈ, ਔਰ ਤਾਂ ਕਰਕੇ ਅਲੱਗ ਅਲੱਗ ਜਗ੍ਹਾਵਾਂ ਦੇ ਉੱਪਰ ਪੁਲਿਸ ਹੈ ਜਿਹੜੀ ਉਹ ਕਿਤੇ ਨਾ ਕਿਤੇ ਐਕਟਿਵ ਨਜ਼ਰ ਆ ਰਹੀ ਹੈ। ਬਿਲਕੁਲ ਕੋਈ ਦੌਰਾ ਨਹੀਂ ਹੈ, ਪੁਲਿਸ ਪਹਿਲਾਂ ਇਸ ਪੂਰੀ ਚੀਜ਼ ਨੂੰ ਲੈ ਕੇ ਹੋਮਵਰਕ ਕਰਦੀ ਹੈ, ਨਵੇਂ ਜਿਹੜੇ ਕ੍ਰਿਮੀਨਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਐਡ ਹੁੰਦੇ ਨੇ, ਜਿਹੜੇ ਪੁਰਾਣੇ ਨੇ ਖਾਸ ਤੌਰ 'ਤੇ ਪੁਰਾਣੇ ਕ੍ਰਿਮੀਨਲ ਨੇ ਉਹਨਾਂ ਦਾ ਲੱਕ ਤੋੜਨਾ ਕਿਤੇ ਨਾ ਕਿਤੇ ਜ਼ਰੂਰੀ ਹੈ, ਤਾਂ ਕਰਕੇ ਉਹਨਾਂ ਦਾ ਪੁੱਛਗਿੱਛ ਹੈ ਉਹਨਾਂ ਤੋਂ ਕੀਤੀ ਜਾ ਰਹੀ ਹੈ, ਬਿਨਾਂ ਦੱਸੇ ਉਹਨਾਂ ਦੇ ਘਰਾਂ 'ਚ ਦਬਿਸ਼ ਦਿੱਤੀ ਜਾ ਰਹੀ ਹੈ, ਔਰ
ਹੋਰ ਵੀ ਅਲੱਗ ਅਲੱਗ ਐਂਗਲਾਂ ਤੋਂ ਪ੍ਰਭਾਵਿਤ ਤੌਰ 'ਤੇ ਸਟ੍ਰੈਟਜੀ ਹੈ ਜਿਹੜੀ ਪੁਲਿਸ ਨਵੇਂ ਨਵੇਂ ਤਰੀਕੇ ਦੇ ਨਾਲ ਬਣਾਉਂਦੀ ਰਹਿੰਦੀ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਉਹਨਾਂ ਇਲਾਕਿਆਂ ਦੇ ਵਿੱਚ ਆ ਕੇ ਪੁਲਿਸ ਨੇ ਦਬਿਸ਼ ਦੇਣੀ ਹੈ, ਕਿਵੇਂ ਉੱਥੇ ਚੈਕਿੰਗ ਕਰਨੀ ਹੈ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਜਿਹੜੇ ਕ੍ਰਿਮੀਨਲ ਹੁੰਦੇ ਨੇ, ਹਾਰਡਕੋਰ ਕ੍ਰਿਮੀਨਲ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਕਿ ਨਸ਼ੇ ਪੱਕੇ ਤੌਰ ਦੇ ਉੱਪਰ ਵੇਖਦੇ ਨੇ ਜਾਂ ਸਮਗਲ ਕਰਦੇ ਨੇ, ਉਹ ਕਿਤੇ ਨਾ ਕਿਤੇ ਹੁਸ਼ਿਆਰ ਜ਼ਰੂਰ ਹੁੰਦੇ ਨੇ, ਕਿਉਂਕਿ ਨਸ਼ਾ ਵਗੈਰਾ ਉਹ ਕਿਤੇ ਘਰ ਦੇ ਵਿੱਚ ਨਹੀਂ ਰੱਖਦੇ, ਬਾਹਰ ਰੱਖਿਆ ਜਾਂਦਾ ਹੈ, ਬਾਹਰ ਵੀ ਜਿੱਥੇ ਕਿੱਥੇ ਉਹਨਾਂ ਦੇ ਟਿਕਾਣੇ ਨੇ ਉੱਥੇ ਵੀ ਪੁਲਿਸ ਦਬਿਸ਼ ਦਿੰਦੀ ਹੈ, ਤਾਂ ਕਰਕੇ ਪੁਲਿਸ ਵੱਖਰੇ ਵੱਖਰੇ ਤਰੀਕੇ ਤੋਂ ਕਰ ਰਹੀ ਹੈ। ਇੱਕ ਤਾਂ ਇਹ ਹੈ ਕਿ ਪੁਲਿਸ ਇੱਕ ਡਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਲੋਕਾਂ ਵਾਸਤੇ, ਡਰ ਬਣ ਜਾਏ ਕਿ ਜਿਹੜੇ ਲੋਕ ਨਸ਼ਾ ਵੇਖਦੇ ਨੇ, ਨਸ਼ਾ ਕਰਦੇ ਨੇ, ਜੀ ਉਹਨਾਂ ਨੇ ਘਰ ਦੇ ਅੱਗੇ ਨਸ਼ਾ ਰੱਖਿਆ ਤਾਂ ਇਹ ਨਹੀਂ ਪਤਾ ਪੁਲਿਸ ਕਿਸੇ ਵੇਲੇ ਵੀ ਉਹਨਾਂ ਦੇ ਘਰ ਦਾਖਲ ਹੋ ਸਕਦੀ ਹੈ, ਕਿਸੇ ਵੇਲੇ ਵੀ ਆ ਕੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਸਕਦੀ ਹੈ। ਤਾਂ ਕਰਕੇ ਇੱਕ ਪਾਸੇ ਪੁਲਿਸ ਡਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਉਹਨਾਂ ਲੋਕਾਂ ਨੂੰ ਕਿ ਜੇ ਕੋਈ ਗਲਤ ਕੰਮ ਕਰਾਂਗੇ, ਜੇ ਕੋਈ ਨਸ਼ੇ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਹੋਊਗੀ ਤਾਂ ਜ਼ਾਹਰ ਤੌਰ 'ਤੇ ਪੁਲਿਸ ਦਾ ਇਹ ਨਹੀਂ ਪਤਾ ਕਿ ਕਦੋਂ ਕਿਸ ਵੇਲੇ ਉਹਨਾਂ ਦੇ ਘਰ ਦੀ ਤਲਾਸ਼ੀ ਹੋ ਜਾਵੇ, ਕਦੋਂ ਉਹਨਾਂ ਦੇ ਬੈੱਡਾਂ ਤੋਂ ਲੈ ਕੇ ਗੱਦਿਆਂ ਤੋਂ ਲੈ ਕੇ ਪੁਲਿਸ ਸਰਚ ਕਰਨ ਲੱਗ ਜੇ। ਤਾਂ ਕਰਕੇ ਪੁਲਿਸ ਆਪਦੇ ਵੱਖਰੇ ਵੱਖਰੇ ਐਂਗਲ ਤੋਂ ਜਿਹੜੀ ਤਲਾਸ਼ੀ ਹੈ ਉਹ ਕਰ ਰਹੀ ਹੈ। ਨਹੀਂ, ਅਸੀਂ ਵੀ ਇਹੀ ਅਕਸਰ ਸਵਾਲ ਕਰਦੇ ਹਾਂ ਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਤੁਸੀਂ ਚੈਕਿੰਗ ਕੀਤੀ ਹੈ ਪਰ ਆਊਟਪੁੱਟ ਹੈ ਉਹ ਜ਼ੀਰੋ ਨਜ਼ਰ ਆ ਰਹੀ ਹੈ, ਪਰ ਪੁਲਿਸ ਇਸ ਗੱਲ ਨੂੰ ਨਹੀਂ ਮੰਨਦੀ। ਪੁਲਿਸ ਕਹਿੰਦੀ ਆਊਟਪੁੱਟ ਜ਼ੀਰੋ ਨਹੀਂ ਹੈ, ਅਸੀਂ ਕਿਤੇ ਨਾ ਕਿਤੇ ਜਾ ਕੇ ਉਹਨਾਂ ਨਸ਼ਾ ਤਸਕਰਾਂ ਨੂੰ ਸਾਫ਼ ਸੰਦੇਸ਼ ਦੇਣਾ ਚਾਹੁੰਦੇ ਹਾਂ ਜਿਹੜੇ ਨਸ਼ਾ ਤਸਕਰੀ 'ਚ ਇਨਵੋਲਵ ਨੇ। ਪ੍ਰੋਪਰਟੀਆਂ ਪਲੱਸ ਦੀ ਗੱਲ ਕੀਤੀ ਹੈ ਕਿ ਪ੍ਰੋਪਰਟੀਆਂ ਪਲੱਸ ਕੀਤੀਆਂ ਜਾ ਰਹੀਆਂ ਨੇ। ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ 5 ਇਸ ਤਰ੍ਹਾਂ ਦੇ ਨਸ਼ਾ ਤਸਕਰ ਨੇ ਜਿਨ੍ਹਾਂ ਦੀ ਪ੍ਰੋਪਰਟੀ ਹੈ ਪੁਲਿਸ ਨੇ ਫਰੀਜ਼ ਕੀਤੀ ਆ, ਔਰ 2 ਹੋਰ ਨਸ਼ਾ ਤਸਕਰ ਨੇ ਜਿਨ੍ਹਾਂ ਦੀ ਪ੍ਰੋਪਰਟੀ ਅੱਜ ਫਰੀਜ਼ ਕਰ ਰਹੀ ਹੈ, ਜਿਨ੍ਹਾਂ ਦੀ 2 ਏਕੜ ਦੇ ਜ਼ਿਆਦਾ ਜ਼ਮੀਨ ਹੈ ਜਿਹੜੀ ਉਹ ਕਿਤੇ ਨਾ ਕਿਤੇ ਫਰੀਜ਼ ਕਰਨੀ ਹੈ। ਤਾਂ ਕਰਕੇ ਜਦੋਂ ਪ੍ਰੋਪਰਟੀਆਂ ਪਲੱਸ ਹੋਣੀਆਂ, ਪ੍ਰੋਪਰਟੀਆਂ ਫਰੀਜ਼ ਹੋਣੀਆਂ ਤਾਂ ਜ਼ਾਹਿਰ ਤੌਰ 'ਤੇ ਫਰਕ ਪੈਣਾ ਲਾਜ਼ਮੀ ਹੈ, ਫਰਕ ਜ਼ਰੂਰ ਪਏਗਾ ਇਸ ਚੀਜ਼ ਦੇ ਨਾਲ ਜਦੋਂ ਜਿਹੜੀ ਕਮਾਈ ਹੋਈ ਪ੍ਰੋਪਰਟੀ ਹੈ ਦੁਨੀਆ ਜਦੋਂ ਨਸ਼ੇ ਨੂੰ ਨਾਲ ਜਿਹੜੀ ਕਮਾਈ ਪ੍ਰੋਪਰਟੀ ਹੋਊਗੀ, ਬੇਸ਼ੱਕ ਪਹਿਲਾਂ ਉਹਨਾਂ ਦੀ ਜੱਦੀ ਪ੍ਰੋਪਰਟੀ ਹੈ, ਉਹ ਸਾਰੀਆਂ ਪ੍ਰੋਪਰਟੀਆਂ ਦਾ ਐਨਾਲਿਸਿਸ ਪੁਲਿਸ ਕਰ ਰਹੀ ਹੈ, ਔਰ ਉਸ ਐਨਾਲਿਸਿਸ ਤੋਂ ਬਾਅਦ ਆਖਿਰਕਾਰ ਉਸ ਪ੍ਰੋਪਰਟੀ ਨੂੰ ਕਿਤੇ ਨਾ ਕਿਤੇ ਫਰੀਜ਼ ਕਰ ਦੇਣਾ, ਉਸ ਪ੍ਰੋਪਰਟੀ ਦੇ ਉੱਪਰ ਸਰਕਾਰ ਦਾ ਰਾਈਟ ਹੋ ਜਾਣਾ, ਸਰਕਾਰ ਦਾ ਹੱਕ ਹੋ ਜਾਣਾ। ਤਾਂ ਕਰਕੇ ਜ਼ਾਹਿਰ ਤੌਰ 'ਤੇ ਇਸ ਚੀਜ਼ ਦਾ ਫਰਕ ਪੈਣਾ ਲਾਜ਼ਮੀ ਹੈ, ਔਰ ਇਸ ਚੀਜ਼ ਦਾ ਫਰਕ ਹੈ ਜਿਹੜਾ ਜ਼ਮੀਨ 'ਤੇ ਨਜ਼ਰ ਵੀ ਆ ਰਿਹਾ। ਹਾਲਾਂਕਿ ਪੁਲਿਸ ਹੈ ਜਿਹੜੀ ਆਪਦੇ ਤੌਰ 'ਤੇ ਆਪਦੇ ਐਫਰਟਸ ਕਰ ਰਹੀ ਹੈ, ਆਪਦੀ ਤਰਕ ਦੇ ਰਹੀ ਹੈ। ਆਪਾਂ ਗੱਲਬਾਤ ਦੁਬਾਰਾ ਤੋਂ DSP ਸਾਹਿਬ ਨਾਲ ਵੀ ਕਰਦੇ ਹਾਂ। ਡਿਪਟੀ ਸਾਹਿਬ, ਪ੍ਰੋਪਰਟੀਆਂ ਫਰੀਜ਼ ਕਰ ਰਹੀ ਹੈ ਪੁਲਿਸ, ਅੱਜ ਵੀ 2 ਦੀ ਪ੍ਰੋਪਰਟੀ ਫਰੀਜ਼ ਕਰਨੀ ਹੈ, 5 ਦੀ ਪਹਿਲਾਂ ਕੀਤੀ ਹੈ, ਨੋਟਿਸ ਲਾਤੇ ਹੈ, ਇਹਨਾਂ ਚੀਜ਼ਾਂ ਦੇ ਨਾਲ ਫਰਕ ਕਿੰਨਾ ਪੈਂਦਾ ਹੈ ਇਹਨਾਂ ਨਸ਼ਾ ਤਸਕਰਾਂ ਦੇ ਉੱਪਰ? ਦੇਖੋ, ਸਮਾਜ ਦੇ ਵਿੱਚ ਅਗਲੇ ਦੀ ਬਦਨਾਮੀ ਹੁੰਦੀ ਹੈ, ਫਾਈਨੈਂਸ਼ਲੀ ਉਹਨੂੰ ਲੌਸ ਹੁੰਦਾ, ਜਿਹੜੀ ਪ੍ਰੋਪਰਟੀ ਉਹਨੇ ਨਸ਼ੇ ਤੋਂ ਕਮਾ ਕੇ ਬਣਾਈ ਹੈ, ਉਦੋਂ ਬਾਅਦ ਜਿਹੜੀ ਪ੍ਰੋਪਰਟੀ ਜ਼ਬਤ ਹੁੰਦੀ ਹੈ ਤਾਂ ਉਹਦੇ ਸਾਰੇ ਪਰਿਵਾਰ ਨੂੰ ਇਹਦਾ ਭੁਗਤਣਾ ਪੈਂਦਾ, ਉਹਦੇ ਮਾਇੰਡ 'ਤੇ ਅਸਰ ਹੁੰਦਾ ਵੀ ਤਾਂ ਕਿ ਉਹ ਨੈਕਸਟ ਟਾਈਮ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਸੋਚੇ ਵੀ ਮੈਂ ਜੇ ਕ੍ਰਾਈਮ ਕੀਤਾ ਤਾਂ ਮੈਨੂੰ ਇਹ ਭੁਗਤਣਾ ਪਿਆ। ਇਸ ਕਰਕੇ ਉਦੋਂ ਸਮਾਜ ਤੋਂ ਵੀ ਡਿੱਗਦਾ ਉਹ, ਅਤੇ ਫਾਈਨੈਂਸ਼ਲੀ ਵੀ ਉਹਨੂੰ ਲੌਸ ਹੁੰਦਾ। ਜਿਵੇਂ ਮੇਰੇ ਸਹਿਯੋਗੀ ਮੈਨੂੰ ਸਵਾਲ ਕਰ ਰਹੇ ਸੀ ਕਿ ਚੈਕਿੰਗ ਪੁਲਿਸ ਕਰਦੀ ਹੈ ਪਰ ਆਊਟਪੁੱਟ ਉਨੀ ਨਜ਼ਰ ਨਹੀਂ ਆਉਂਦੀ, ਕੀ ਲੱਗਦਾ ਕਿੰਨਾ ਇੰਪੈਕਟ ਪੈਂਦਾ ਇਸ ਤਰ੍ਹਾਂ ਸਰਚ ਕਰਨਾ, ਹਾਲਾਂਕਿ ਉਨੀ ਰਿਕਵਰੀ ਨਹੀਂ ਹੁੰਦੀ ਹੈ, ਤੁਹਾਡੇ ਜ਼ਹਿਨ ਦੇ ਮੁਤਾਬਕ ਵੀ ਕਿੰਨਾ ਫਰਕ ਕਿੰਨਾ ਪੈਂਦਾ ਇਸ ਚੀਜ਼ 'ਤੇ, ਕਿੰਨਾ ਰੋਕ ਲੱਗਦੀ ਹੈ ਨਸ਼ੇ ਨੂੰ ਲੈ ਕੇ? ਦੇਖੋ, ਪੁਲਿਸ ਨਾਕੇ ਲਾਉਂਦੀ ਹੈ, ਡਿਊਰਿੰਗ ਨਾਕੇ ਉਹ ਸਰਚ ਕਰਦੀ ਹੈ ਅਤੇ ਵਹੀਕਲਾਂ ਨੂੰ ਵੀ ਚੈੱਕ ਕਰਦੇ ਹਾਂ ਅਸੀਂ, ਜੇਕਰ ਨਹੀਂ ਵੀ ਕੁਛ ਚੀਜ਼ ਮਿਲਦੀ ਤਾਂ ਕਮ ਸੇ ਕਮ ਪ੍ਰੈਜੈਂਸ ਆਫ ਫੋਰਸ ਰਹਿੰਦੀ ਹੈ, ਉਹ ਆਮ ਆਦਮੀ ਨੂੰ ਸਿਕਿਓਰ ਮਹਿਸੂਸ ਕਰਦਾ ਵੀ ਪੁਲਿਸ ਪ੍ਰੈਜੈਂਟ ਹੈ, ਅਤੇ ਬਤੌਰ ਪ੍ਰਿਵੈਂਟਿਵ ਵੀ ਅਸੀਂ ਜਿਹੜਾ ਹੈ ਇਹ ਬਹੁਤ ਵਧੀਆ ਹੁੰਦਾ ਵੀ ਜਿਸ ਅਸੀਂ ਫੀਲਡ ਦੇ ਵਿੱਚ ਨਿਕਲਦੇ ਹਾਂ ਅਤੇ ਜਿਹੜੇ ਕ੍ਰਾਈਮ ਪੇਸ਼ਾ ਲੋਕ ਨੇ ਉਹ ਡਰਦੇ ਨੇ, ਉਹ ਡਰ ਕੇ ਉਹ ਏਰੀਏ ਨੂੰ ਕਈ ਵਾਰ ਉਹ ਏਰੀਆ ਛੱਡ ਜਾਂਦੇ ਨੇ। ਇਸ ਕਰਕੇ ਇਹਦਾ ਬਹੁਤ ਹੀ ਜ਼ਿਆਦਾ ਅਸਰ ਹੁੰਦਾ। ਇਹ ਜ਼ਰੂਰੀ ਨਹੀਂ ਹੈ ਵੀ ਰਿਕਵਰੀ ਹੋਵੇ, ਜੇ ਰਿਕਵਰੀ ਨਹੀਂ ਵੀ ਹੁੰਦੀ ਤਾਂ ਵੀ ਇਹਦਾ ਇੰਪੈਕਟ ਬਹੁਤ ਵਧੀਆ ਪੈਂਦਾ।
ਬਿਲਕੁਲ, ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਪੁਲਿਸ ਜਗ੍ਹਾ ਜਗ੍ਹਾ ਤੇ ਮੌਜੂਦ ਹੈ ਤਾਂ ਜੋ ਅੱਗੇ ਕ੍ਰਾਈਮ ਨਾ ਹੋਵੇ, ਜਿਹੜੇ ਕ੍ਰਿਮੀਨਲ ਨੇ ਉਹਨਾਂ ਦੇ ਮਨ ਦੇ ਇੱਕ ਡਰ ਬਣੇ। ਬੇਸ਼ੱਕ ਰਿਕਵਰੀ ਬੇਸ਼ੱਕ ਘੱਟ ਹੈ, ਪਰ ਫਿਰ ਵੀ ਇਹ ਨਹੀਂ ਕਿ ਰਿਕਵਰੀ ਨਹੀਂ ਹੋ ਰਹੀ, ਰਿਕਵਰੀਆਂ ਹੋ ਰਹੀਆਂ ਨੇ, ਪੁਲਿਸ ਦੀਆਂ ਰਿਕਵਰੀਆਂ ਵੀ ਕਰ ਰਹੀ ਆ, ਪਰ ਕਿਤੇ ਨਾ ਕਿਤੇ ਜਾ ਕੇ ਜਿਹੜੀ ਪ੍ਰੋਪਰਟੀ ਜ਼ਬਤ ਕਰਨੀ ਹੈ, ਇਹ ਕਿਤੇ ਨਾ ਕਿਤੇ ਵੱਡਾ ਉਪਰਾਲਾ ਜ਼ਰੂਰ ਹੈ। ਇਸ ਦੇ ਨਾਲ ਕਿਤੇ ਨਾ ਕਿਤੇ ਜਿੱਥੇ ਉਸਦਾ ਮਨੋਬਲ ਡਿੱਗਦਾ ਸੋਸਾਇਟੀ ਦੇ ਵਿੱਚ, ਉਸਦੀ ਇਸ ਚੀਜ਼ ਨੂੰ ਲੈ ਕੇ ਕਿਰਕਰੀ ਹੁੰਦੀ ਹੈ, ਤਮਾਮ ਤਰ੍ਹਾਂ ਦੇ ਜਿਹੜੇ ਐਂਗਲ ਨੇ। ਜਿਸ ਤਰ੍ਹਾਂ DSP ਗੁਰਪ੍ਰੀਤ ਨੇ ਦੱਸਿਆ ਕਿ ਪ੍ਰੋਪਰਟੀ ਵੀ ਫਰਜ ਕੀਤੀ ਜਾ ਰਹੀ, ਇਸ ਤੋਂ ਪਹਿਲਾਂ 5 ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਸੀ ਜਿਹੜੇ ਨਸ਼ਾ ਤਸਕਰਾਂ ਦੇ ਵਿੱਚ ਸੀ, ਉਹਨਾਂ ਦੀ ਪ੍ਰੋਪਰਟੀ ਪਲੱਸ ਕੀਤੀ ਹੈ, 2 ਅੱਜ 1 ਮੀਆਂ ਬੀਬੀ ਉਹਨਾਂ ਦੀ ਪ੍ਰੋਪਰਟੀ ਪਲੱਸ ਕਰਨੀ ਹੈ, ਤਾਂ ਕਰਕੇ ਪੁਲਿਸ ਡਰੱਗਸ ਨੂੰ ਲੈ ਕੇ ਆਪਦੇ ਆਪਦੇ ਐਂਗਲਾਂ ਤੋਂ ਵੱਖਰੇ ਵੱਖਰੇ ਐਂਗਲਾਂ ਤੋਂ ਕਾਰਵਾਈ ਕਰ ਰਹੀ ਹੈ ਕਿ ਆਖਿਰਕਾਰ ਡਰੱਗਸ ਹੈ, ਨਸ਼ਾ ਹੈ, ਉਸਦੀ ਕਮਰ ਤੋੜੀ ਜਾ ਸਕੇ।